तू जित गया यार, सच्ची जित गया यार, सच्ची सारी दुनिया अज तेरे नाल खड़ गई, सच्ची लोगों के दिलों से तू राज कर गया, तू सिरा कराता जट्टा सिरा कराता, पर तेनू बंदे हराउण वाले तेरे पिछे बहुत लगे सी, पर जिथे फिर रब कहंदे हुंदे आ वी जिथे रब इज्जत बचावे तो फिर उथे इज्जत बच ही जांदी आ। ते आ मान नाल गलबात करदे, मान ते आपदे बंदे ही मारदे आ बंदे नू जदों मारदे आ, हैना। बिलकुल भाई, जिवें निक्के हुंदे आपां अपने दादी होरी नहीं कहंदे हुंदे आ वी फलाने दे दा दिन चंगे आ, ओहदा मिट्टी तों रेता, रेते तों सोना बणदा, जां जिवें कहंदे किसे दी किस्मत कोई धो नहीं सकदा, बाजी पलट जांदी, ओह गल होई भाई। ओहदी बेइज्जती करनी चाही सी, हैना, ओहदी ਕਿਵੇਂ ਉਹਨੂੰ ਜਲੀਲ ਕੀਤਾ ਗਿਆ, ਤੇ ਪਰ ਕਿਤੇ ਤਾਂ ਐ ਸੀ ਵੀ ਉਹ ਡਾਊਨ ਵੱਜੋ, ਉਹਦੀ ਜਗ੍ਹਾ ਇੱਜ਼ਤ ਰੁੱਲ ਜੂ, ਬੇਇੱਜ਼ਤੀ ਹੋ ਜੂ, ਪਰ ਲੋਕ ਉਹਦੇ ਨਾਲ ਖੜ ਗਏ, ਸਾਰਾ ਪੰਜਾਬ ਨੀ ਸਾਰਾ ਵਰਲਡ ਹੀ ਖੜ ਗਿਆ, ਜਿੱਥੇ ਜਿੱਥੇ ਪੰਜਾਬੀ ਕਮਿਊਨਿਟੀ ਬੈਠੀ ਆ, ਸਾਰੇ ਅੱਜ ਪੋਸਟਾਂ ਪਈ ਜਾਂਦੀਆਂ, ਫੋਨ ਆਈ ਜਾਂਦੇ ਆ, ਹਾਲਾਂਕਿ ਤੈਨੂੰ ਬਾਈ ਕਿੰਨੇ ਫੋਨ ਆਏ, ਕੋਈ ਉਹਦਾ ਨੰਬਰ, ਬਹੁਤ ਫੋਨ ਆਏ ਲਾ, 184 ਜਣੇ ਹੋ ਗਏ, ਦੱਬ ਕੇ ਵੀਡੀਓ ਸ਼ੇਅਰ ਕਰੀਓ, ਗਰਦ ਕੱਢ ਦਿਓ ਤੇ ਕਮੈਂਟ ਕਰਕੇ ਦੱਸੋ ਵੀ ਲੋਪ ਵਾਲਾ ਬਾਈ ਕਿਵੇਂ ਆ ਬੰਦਾ, ਕਮੈਂਟ ਜ਼ਰੂਰ ਕਰਨਾ, ਦੱਸ ਵੀ ਮਾਨ, ਦੱਬ ਕੇ ਸ਼ੇਅਰ ਕਰ ਦਿਓ, ਸ਼ੇਅਰ ਕਰਨ ਵਾਲੀ ਗਰਦ ਖੜ ਦਿਓ, ਜਿਵੇਂ ਮੈਂ ਕਹਿੰਦਾ ਹੁੰਦਾ ਵੀ ਜਦੋਂ 150 ਜਣਾ ਹੋ ਗਿਆ ਉਦੋਂ ਗਰਦ ਨਿਕਲੂਗੀ, ਚੱਕ ਦਿਓ ਕੰਮ, ਲਾ ਵੀ ਕਿੰਨੇ ਜੁੜ ਗਏ, 7 ਜੁੜ ਗਏ, ਖਿੱਚ ਦਿਓ ਕਰਾਂ, ਸ਼ੇਅਰ ਕਰ ਦਿਓ, ਕੱਲਾ ਕੱਲਾ ਜਾਣਾ ਗਰਦ ਕਰ ਦਿਓ ਕਰਾਂ, 150 ਤੋਂ ਬਾਅਦ ਗੱਲਬਾਤ ਕਰਾਂਗੇ, ਲਾ ਬਈ ਹੁਣ ਦੱਸੀ ਚੱਲੋ ਵੀ ਕਿੰਨੇ ਜੁੜੀ ਜਾਂਦੇ, ਆਵਾਜ਼ ਦੱਸ ਦਿਓ, ਮਨ ਦੇਖੀ ਮਾੜਾ ਆਵਾਜ਼ ਬੂ ਸਹੀ ਆ ਵੀ ਖਾੜਾ ਕਿਰਾਂ, ਫਿਰ ਜਦੋਂ ਵੱਧ ਗਿਆ ਤੇ ਫਿਰ ਉਹਦੀ ਚਾਰਜ ਚ ਰੁਕਿਆ ਨੀ ਫਿਰ ਦੱਬਣਾ ਪੈਂਦਾ ਖਾੜਾ ਪੂਰਾ, ਫਿਰ ਮਾਹੌਲ ਜਦੋਂ ਬਣ ਜੇ ਨਾ ਫਿਰ ਗੱਲਬਾਤ ਮੁੱਦੇ ਦੀ ਹੋਣੀ ਚਾਹੀਦੀ ਆ, ਲਾ ਵੀ ਸ਼ੇਅਰ ਕਰੀਓ, ਬੰਦੇ ਹੋ ਗਏ 80, ਲਾ 150 ਕਰ ਦਿਓ ਬਾਈ ਜੀ, ਜਦੋਂ 150 ਜਾਣਾ ਹੋ ਗਿਆ ਗਰਦ ਕੱਢ ਦਿਆਂਗੇ। ਸੁਖਜਿੰਦਰ ਲੋਪੋ ਨਾਲ ਬਾਈ 10-11 ਸਾਲਾਂ ਦਾ ਭਰਾਵਾਂ ਵਾਲਾ ਪਿਆਰ ਆ, ਯਾਰ ਆ ਪੱਕੇ, ਹੁਣ ਹੁਣ ਤੁਸੀਂ ਇਹ ਨਾ ਕਹਿ ਦਿਓ ਵੀ ਯਾਰੀ ਕਰਕੇ ਬੋਲਦੇ ਆ, ਯਾਰੀ ਤੇ ਤੁਸੀਂ ਸਾਈਡ ਤੇ ਆ, ਉਹ ਤਾਂ ਅਸੀਂ ਖੜਨਾ ਹੀ ਖੜਨਾ ਯਾਰ, ਜਿੱਥੇ ਸਾਡੇ ਯਾਰ ਤੇ ਕਿਸੇ ਤੇ ਵੀ ਭੀੜ ਪਊਗੀ, ਫਿਰ ਜਿੱਥੇ ਯਾਰੀ ਲੱਗ ਜੇ ਤੇ ਫਿਰ ਉੱਥੇ ਸਾਡਾ ਬੰਦਾ ਕੋਈ ਗਲਤੀ ਹੋਵੇ ਖੜਨਾ ਹੀ ਪੈਂਦਾ, ਹਨਾ। ਲਾ ਗਰਦ ਕੱਢ ਦਿਓ ਤੇ ਬੰਦਾ 150 ਕਰ ਦਿਓ ਤੇ ਬੰਦੇ ਹੋ ਗਏ 130, ਕਰ ਦਿਓ ਕਿਹੜਾ 150 ਜਾਣਾ, ਫਿਰ ਗਰਦ ਕੱਢ ਦਾਂਗੇ। ਲਓ ਬਾਈ ਜੀ, ਮੈਂ ਹੁਣ ਬੰਦਾ ਬਸ ਇੱਕ ਹਿਸਾਬ ਨਾਲ 150 ਹੋਣ ਵਾਲਾ, 140 ਹੋ ਗਏ, 150 ਕਰ ਦਿਓ, ਗਰਦ ਕੱਢ ਦਿੰਦੇ ਆ ਉਹਦੀ, ਠੀਕ ਆ। ਲਾ ਵੀ ਖਿੱਚ ਕੇ ਸ਼ੇਅਰ ਕਰ ਦਿਓ, ਦੱਬੀ ਚੱਲੋ ਕੰਮ। ਲਾ ਬਾਈ ਜੀ, ਹੁਣ ਆਪਾਂ ਗੱਲਬਾਤ ਮੁੱਦੇ ਤੇ ਆਉਣੇ, ਮੇਨ ਤੇ ਆਜਾ ਜਰਾ। ਉੱਥੇ ਦੁੱਖ ਸਭ ਤੋਂ ਵੱਡਾ ਇਹ ਚੀਜ਼ ਦਾ ਵੀ ਲੱਗੇ, ਜੋ ਹੋਇਆ ਉੱਥੇ ਬਾਈ ਨੇ ਝੋਲੀ ਅੱਡੀ ਬੂਟ ਲਾਏ, ਉਹਦਾ ਦੁੱਖ ਹੋਇਆ ਹੀ ਆ, ਬਾਕੀ ਦੁੱਖ ਹੋਇਆ ਉੱਥੇ ਆਪਣੇ ਭੈਣ ਭਰਾ, ਹਨਾ, ਆਪਣੇ ਕੰਮ ਕਰਦੇ ਆ ਯੂਟਿਊਬ ਫੇਸਬੁੱਕ ਤੇ, ਉਹਨਾਂ ਨੇ ਉਹਨੂੰ ਉੱਥੇ ਲਾਈਵ ਕਰਕੇ ਦਿਖਾਇਆ, ਜ਼ੂਮ ਕਰ, ਹਾਲਾਂਕਿ ਹੱਕ ਨਹੀਂ ਸੀ ਬਣਦਾ। ਹੁਣ ਮਨ ਲੱਗਦਾ ਵੀ ਤੇਰੇ ਨਾਲ ਮੇਰੀ ਯਾਰੀ ਕੋਈ ਗੱਲ ਹੋਵੇ, ਮੈਂ ਉੱਥੇ ਊਂ ਜਾ ਸਕਦਾ, ਤੇਰੇ ਨਾਲ ਸਪੋਰਟ ਤੇ ਜਾ ਸਕਦਾ, ਜਾਂ ਕਿਸੇ ਤਰ੍ਹਾਂ ਉੱਥੇ ਪਹੁੰਚ ਸਕਦਾ, ਉੱਥੇ ਮੈਂ ਸਪੈਸ਼ਲ ਆਪਦਾ ਧੰਦਾ ਚਲਾਵਾਂ, ਉੱਥੇ ਲਾਈਵ ਚਲਾਵਾਂ, ਇਹ ਮਾੜੀ ਗੱਲ, ਇਹ ਮਾੜੀ ਗੱਲ। ਹਾਂ, ਜੇ ਮੈਂ ਚਲਾ ਲਿਆ ਤਾਂ ਕਿਸੇ ਹਿਸਾਬ ਸਿਰ ਚਲਾਵਾਂ ਵੀ, ਜਦੋਂ ਜਾਂਦਾ ਸੀ ਉਹਨੂੰ ਜ਼ੂਮ ਕਰ ਦਿਖਾਵੇ, ਉਹ ਗਿਆ ਉਹ ਗਿਆ, ਕਿਉਂਕਿ ਬੇਇੱਜ਼ਤ ਕਰਕੇ ਬੰਦੇ ਨੂੰ ਜਦੋਂ ਤੁਸੀਂ ਤੋਰਦੇ ਉਹਨੂੰ, ਫਿਰ ਬਾਹਰਲੇ ਦੇਸ਼ਾਂ 'ਚ ਬੈਠੇ ਬੰਦਿਆਂ ਨੂੰ ਵੀ ਦਿਖਾਇਆ ਜਾਂਦਾ ਗਾ, ਹਨਾ, ਫਿਰ ਉਦੋਂ ਬਹੁਤ ਦਿਲ ਦੁਖੀ ਹੋਇਆ ਯਾਰ, ਆਪਦੇ ਆਪ ਦੇ ਮੂੰਹ ਤੇ ਨੀਂਦ ਨਹੀਂ ਆਈ ਯਾਰ, ਬਹੁਤ ਤਰਸ ਆਇਆ ਵੀ ਯਾਰ ਬੰਦਾ ਕਿਵੇਂ ਵਿਚਾਰਾ ਮਾਫੀ ਮੰਗ ਕੇ ਮੁੜਿਆ, ਹਨਾ। ਮੈਨੂੰ ਕਿਸੇ ਦਾ ਤਾਂ ਪਤਾ ਨਹੀਂ, ਇੱਕ ਵਾਰੀ ਮੇਰੇ ਨਾਲ ਵੀ ਐ ਹੋਇਆ ਸੀ ਵੀ, ਹਾਲਾਂਕਿ ਜਿਵੇਂ ਕਹਿੰਦੇ ਹੁੰਦੇ ਕਿਸੇ ਦਾ ਵੱਡਾ ਦੁੱਖ ਹੋਵੇ ਉਦੋਂ ਆਪਦਾ ਦੁੱਖ ਛੋਟਾ ਪੈ ਜਾਂਦਾ, ਮੈਨੂੰ ਲੱਗਿਆ ਵੀ ਮੇਰੇ ਨਾਲ ਤਾਂ ਵੀ ਬਹੁਤ ਇਦੂ ਘੱਟ ਹੋਈ, ਮੈਂ ਤਾਂ ਐ ਕਹਿਣ ਲੱਗਿਆ ਵੀ ਉਹ ਬੰਦੇ ਇਦੂ ਸਿਆਣੇ ਸੀ, ਹੈ ਤੇ ਉਦੋਂ ਮੈਨੂੰ ਮੈਂ ਮਹਿਸੂਸ ਕਰਦਾ ਵੀ ਜਿਹਦੇ ਬੀਤਦੀ ਹੁੰਦੀ ਹੈ, ਜਿਹਦੇ ਨਾਲ ਜਾਂ ਹੋਈ ਹੋਵੇ ਉਹਨੂੰ ਪਤਾ ਹੁੰਦਾ ਵੀ ਇਹ ਕਿਹਦਾ ਦੁੱਖ ਕਿਵੇਂ ਹੁੰਦਾ, ਤੇ ਬੰਦਾ ਉਹ ਕਿਵੇਂ ਆਪਦੀਆਂ ਲੱਤਾਂ ਦੇ ਉੱਥੇ ਖੜਾ ਹੁੰਦਾ ਤੇ ਕਿਵੇਂ ਬਾਅਦ ਚ ਸੋਚਦਾ, ਕਿਵੇਂ ਪਹਿਲਾਂ ਸੋਚਦਾ, ਤੇ ਉਹਨੂੰ ਜਿਹੜੇ ਬੰਦੇ ਕੈਮਰੇ ਐਂ ਚਲਾਈ ਜਾਂਦੇ ਸੀਗੇ, ਐਂ ਪੂਰੇ ਪ੍ਰੋਫੈਸ਼ਨਲ ਮੂਹਰੇ ਬਣੇ ਖੜੇ ਸੀ, ਉਹਨੂੰ ਵਿਆਹ ਵਰਗੇ ਲੱਗਦੇ ਸੀ, ਉਹਨਾਂ ਵਾਸਤੇ ਪਤਾ ਨਹੀਂ ਕੀ ਬਾਦਵਾ ਉਹਦੇ ਦਿਲ ਚੋਂ ਨਿਕਲਦੀਆਂ ਹੋਣਗੀਆਂ, ਹਨਾ। ਉੱਥੇ ਇਹ ਬੜਾ ਦੁੱਖ ਲੱਗਿਆ ਯਾਰ ਵੀ ਆਪਦੇ, ਜੇ ਮੰਨ ਲਓ ਘੋੜੇ ਵਾਲੇ ਇਕੱਠੇ ਹੋ ਸਕਦੇ ਆ, ਅਸੀਂ ਅਸੀਂ ਕਿੰਨੀ ਇਕੱਠੇ ਹੋ ਸਕਦੇ। ਹਾਂ ਬਈ, ਮਾਨ ਕਹਿੰਦਾ ਜਿਵੇਂ ਵੀ ਸਾਰੇ ਬੰਦੇ ਦੀਆਂ ਯੂਨੀਅਨ ਨਾ ਘੋੜੇ ਵਾਲਿਆਂ ਦੀਆਂ, ਆਹ ਕਹਿੰਦੇ ਰੋਡਵੇਜ ਬੱਸਾਂ ਵਾਲਿਆਂ ਦੀਆਂ, ਆ ਟੈਂਪੂ ਯੂਨੀਅਨ, ਆ ਟਰੱਕ ਯੂਨੀਅਨ, ਸਾਰੀਆਂ ਯੂਨੀਅਨ ਬਣਾਈਆਂ ਵੀ, ਹਨਾ, ਇਤੋਂ ਤੱਕ ਕਿ ਯਾਰ ਬਾਈ ਜਗਾੜੂ ਰੇੜੀਆਂ ਦੀ ਵੀ ਯੂਨੀਅਨ ਸੀ, ਆਪਾਂ ਵੀਡੀਓ ਪਾ ਕੇ ਉਹਨਾਂ ਦਾ ਜਿਹੜਾ ਭਗਵੰਤਾਂ ਨੇ ਵਾਪਸ ਲੈ ਫਿਰ ਸ਼ਾਮ ਨੂੰ ਲੈ ਲਿਆ, ਜੇ ਉਹਨਾਂ ਦੀ ਯੂਨੀਅਨ ਸੀ ਤਾਂ ਹੀ ਹਨ, ਆਪਣੀ ਕੋਈ ਯੂਨੀਅਨ ਨਹੀਂ, ਆਪਾਂ ਨੂੰ ਕੋਈ ਉੱਥੇ ਬੰਦਾ ਬੇਇੱਜ਼ਤੀ ਕਰੀ ਜਾਂਦਾ, ਭੱਜ ਕੇ ਜਾ ਕੇ ਆਪਾਂ ਲਾਈਵ ਹੁੰਦੇ ਹਾਂ। ਹਾਂ ਯਾਰ, ਉਹਨਾਂ ਦਾ ਅਸਵੀਦੀ ਰੌਲਾ ਸੀ, ਉਹ ਆਪ ਲੱਖ 'ਚ ਸਾਰੇ ਜਣੇ ਕੱਲਾ ਕੱਲਾ ਬੰਦਾ ਵੀਡੀਓ, ਉਹ ਵੀਡੀਓ ਘੋੜੇ ਵਾਲੇ ਬਣਾ ਲੈਂਦੇ, ਉਹ ਬਣਾ ਲੈਂਦੇ, ਕਿਉਂਕਿ ਉਹਨਾਂ ਦਾ ਅਸਵੀਦੀ ਜੋ ਮਤਭੇਦ ਸੀ, ਜੋ ਜਿਵੇਂ ਮਰਜ਼ੀ ਕਰਦੇ, ਕਿਉਂਕਿ ਉਹ ਤਾਂ ਇੱਕ ਆਪਸ ਵਿੱਚ ਦੀ ਦੋਨੇ ਦੁਸ਼ਮਣੀ ਵਾਲੀ ਗੱਲ ਹੋ ਜਾਂਦੀ ਵੀ ਯਾਰ ਇਹਨੂੰ ਨੀਵਾਂ ਦਿਖਾਵਾਂ, ਤੇ ਹਾਲਾਂਕਿ ਬੰਦੇ 'ਚ ਨਿਮਰਤਾ ਇੰਨੀ, ਉਹ ਬਾਅਦ ਵਿੱਚ ਵੀ ਕਹਿੰਦਾ ਮੇਰਾ ਪਰਿਵਾਰ ਸੀ, ਘੋੜੇ ਵਾਲ ਨੂੰ ਆਦਾ ਸਾਰਿਆਂ ਨੂੰ ਪਰਿਵਾਰ ਕਹਿੰਦਾ, ਤੇ ਅਸੀਂ ਕਿਸੇ ਇੱਕ ਬੰਦੇ ਨੂੰ ਉਹਨੂੰ ਬੇਬਸ ਹੋਏ ਨੂੰ ਬੇਪੱਤ ਕਰਕੇ ਜਕਾਰੇ ਲਾਏ ਗਏ, ਯਾਰ ਕਿੰਨਾ ਮਨ ਦੁਖੀ ਹੋਇਆ। ਮਨ ਆਪਾਂ ਬਾਈ ਕਹਿੰਦੇ ਵੀ ਭਈਆਂ ਨੂੰ ਭਜਾਓ,
ਆਪਣਾ ਆਪਦਾ ਇੱਕ ਨੀ ਪੰਜਾਬੀ ਪੰਜਾਬੀ ਨੂੰ ਮਾਰੀ ਜਾਂਦਾ ਯਾਰ ਨਹੀਂ ਇੱਕ ਬਾਈ ਇਹ ਮਾੜੀ ਗੱਲ ਆ ਵੀ ਲੱਤਾਂ ਨਾ ਖਿੱਚਿਆ ਕਰੋ ਜਿਹੜਾ ਵੀ ਬੰਦਾ ਪੰਜਾਬ ਚ ਕੋਈ ਤਰੱਕੀ ਕਰਦਾ ਗਾ ਘੋੜਿਆਂ ਦੀ ਦੁਨੀਆਂ ਚ ਕਿੱਡਾ ਵੱਡਾ ਖਿੱਚ ਕੇ ਲੈ ਗਿਆ ਕੰਮ ਇਹ ਸਾਡੀ ਤਾਂ ਉਹ ਕੌਮ ਆ ਜਿਹੜੀ ਇੱਕ ਪਾਣੀ ਦਾ ਗਲਾਸ ਪੀ ਕੇ ਜਾਂ ਚਾਹ ਦਾ ਕੱਪ ਪੀ ਕੇ ਮੂਹਰਲੇ ਬੰਦੇ ਦੇ ਅਸੀਂ ਕਾਣੇ ਹੋ ਜਾਂਦੇ ਸਾਨੀ ਹੋ ਜਾਂਦੇ ਆ ਹਾਲਾਂਕਿ ਲੋਪੋ ਵਾਲੇ ਦੇ ਉਸ ਇਕੱਠ ਦੇ ਵਿੱਚ ਅੱਧ ਤੋਂ ਜਿਆਦਾ ਬੰਦੇ ਉਹ ਬੈਠੇ ਹੋਣਗੇ ਜਿਨ੍ਹਾਂ ਨੇ 15-15-20 ਹਜ਼ਾਰ ਦੇ ਕੇ ਲੋਪੋ ਵਾਲੇ ਨੂੰ ਆਪਦੀਆਂ ਵੀਡੀਓ ਕਰਾਈਆਂ ਹੋਣਗੀਆਂ ਸੱਦਿਆ ਉਹ ਬਾਈ ਕਿਹੜੀ ਤਰੀਕ ਨੂੰ ਆਏਗਾ ਬਾਈ ਬਣੇ ਟਾਈਮ ਨਾਲ ਜੀ ਸੁਨੇਹਾ ਆ ਜੀ ਤੇ ਉਹ ਬੰਦੇ ਦਾ ਕਿੰਨਾ ਉਹ ਬੰਦੇ ਨੇ ਫਾਇਦਾ ਕੀਤਾ ਉਹ 15 ਲੈ ਕੇ 10 ਲੱਖ ਦਾ 5 ਲੱਖ ਦਾ ਫਾਇਦਾ ਕੀਤਾ ਉਹ ਤੇ ਤਾਂ ਫਿਰ ਇਹਦਾ ਮਤਲਬ ਗੁਣ ਭੁੱਲਣ ਵਾਲੇ ਬੰਦੇ ਆ ਗੱਲ ਸਹੀ ਤਾਂ ਹੈ ਸਾਡੀ ਕੌਮ ਦੇ ਸਿੱਧਾ ਕੁਛ ਆਇਆ ਨਹੀਂ ਸੀ ਗੁਣ ਭੁੱਲ ਕੇ ਸੀ ਉਹਦੇ ਸਾਹਮਣੇ ਦੇ ਦੋਸਤ ਬੋਲਾਂ ਕਰਕੇ ਉੱਥੇ ਬੈਠ ਗਏ ਚਲੋ ਬੋਲਾਂ ਦਾ ਸਾਨੂੰ ਦੁੱਖ ਸੀ ਉਹਦਾ ਹੋਰ ਬਹੁਤ ਹੱਲ ਸੀ ਉਹਨੂੰ ਬੇਪੱਤ ਇੰਨਾ ਕਰਨਾ ਪਰ ਉਹ ਬੰਦੇ ਨੂੰ ਤੁਸੀਂ ਜਿੰਨਾ ਜਿਵੇਂ ਸਪਰਿੰਗ ਨੂੰ ਜਿੰਨਾ ਦੱਬੋਗੇ ਉਨੀ ਜ਼ਿਆਦਾ ਤੜ ਮਾਰਦਾ ਉਵੇਂ ਤੜ ਮਾਰੀ ਨਾ ਜੱਟ ਨੇ ਰਾਤੋਂ ਰਾਤ ਹਾਂ ਜੱਟ ਸਾ ਗਿਆ ਬਾਈ ਹੁਣ ਸਾਰੇ ਯੂਟਿਊਬਰਾਂ ਨੂੰ ਫੇਸਬੁੱਕਿਆਂ ਨੂੰ ਸਭ ਨੂੰ ਬੇਨਤੀ ਹੈ ਵੀ ਦੱਬ ਕੇ ਲੋਕਾਂ ਵਾਲੀ ਸਪੋਰਟ ਕਰੋ ਬਾਈ ਹਨਾ ਤੇ ਇੱਕ ਜੁਨੀਅਰ ਬਣਾਓ ਇੱਕ ਸਾਰ ਸ਼ਰਮਣਾ ਡੁੱਬ ਕੇ ਮਰ ਜਾਣ ਉਹ ਲੋਕ ਜਿਹੜੇ ਉੱਥੇ ਉਹਨੂੰ ਲਾਈਵ ਕਰਦੇ ਸੀ ਮੈਂ ਸਾਰਿਆਂ ਨੂੰ ਨੀ ਕਹਿੰਦਾ ਅੱਧੇ ਹੋ ਸਕਦਾ ਉਹਨੂੰ ਦੁਸ਼ਮਣ ਘੋਸ਼ਿਤ ਕਰੀ ਬੈਠੇ ਹੁਣ ਆਪਦਾ ਪਰ ਅੱਧਿਆਂ ਦਾ ਉਹ ਪਹਿਲਾਂ 22 ਸੀ 22 ਸੀ ਹਾਂ ਮੈਂ ਉਹਨਾਂ ਨੂੰ ਕਹਿਣਾ ਜਿਨ੍ਹਾਂ ਦਾ ਉਹ 22 ਸੀ 22 ਸੀਗਾ ਹਾਂ ਜਿਹੜੇ ਉਹਨੂੰ ਕਹਿੰਦੇ ਸੀਗੇ ਵੀ ਲੋਪੋ ਵਾਲਾ ਬਾਈ ਆ ਗਿਆ ਲੋਪੋ ਵਾਲਾ ਬਾਈ ਆ ਗਿਆ ਹਨਾ ਹਾਂ ਬਾਈ ਐਂ ਕਹਿੰਦਾ ਲੋਪੋ ਵਾਲਾ ਬਾਈ ਐਂ ਕਹਿੰਦਾ ਤੇ ਸਾਡਾ ਪਰਿਵਾਰ ਕਿੱਥੇ ਆ ਹਾਂ ਸਾਡਾ ਯੂਟਿਊਬਰਾਂ ਦਾ ਫੇਸਬੁੱਕ ਕਹਿੰਦਾ ਕੋਈ ਦੁਨੀਆ ਨਹੀਂ ਸਾਨੂੰ ਹਰੇ ਕਹਿੰਦਾ ਉਹ ਕੈਮਰੇ ਚੱਕੀ ਫਿਰਦਾ ਲੋਕ ਪੈਣ ਲੱਗੇ ਹਨਾ ਇੱਕ ਦੋ ਬੰਦੇ ਤਾਂ ਉਹਦੇ ਚ ਉਹ ਵੀ ਸੀ ਜਿਹੜੇ 2 ਮਹੀਨੇ ਪਹਿਲਾਂ 1 ਮਹੀਨਾ ਪਹਿਲਾਂ ਲਾ ਲੋ ਲੋਪੋ ਵਾਲਾ ਬਾਈ ਕਹਿੰਦੇ ਹੁੰਦੇ ਸੀ ਹਾਂ ਮੈਂ ਸੁਣਿਆ ਉਹ ਕੰਨਾਂ ਨਾਲ ਤੇ ਉਹਦੇ ਬਾਈ ਮਿੰਟਾਂ 'ਚ ਤੁਹਾਡਾ ਦੁਸ਼ਮਣ ਬਣ ਗਏ ਤੁਸੀਂ ਬਾਈ ਦੇ ਦੁਸ਼ਮਣ ਬਣ ਗਏ ਹਨਾ ਤੇ ਤੁਸੀਂ ਯਾਰ ਉਹਦੀ ਇੱਜ਼ਤ ਦਾ ਖਿਆਲ ਰੱਖੋ ਆਪਣੇ ਉਹਦੇ ਪਿੱਛੇ ਜਵਾਕ ਵੀ ਆ ਉਹਦੇ ਪਿੱਛੇ ਕਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ ਬੰਦਾ ਮਾੜਾ ਮਾੜਾ ਕਰਕੇ ਕੱਲ ਨੂੰ ਨੈਟ ਤੇ ਵੀਡੀਓ ਰਹਿਣੀ ਆ ਰਿਸ਼ਤੇਦਾਰਾਂ ਦੇਖਣੀਆਂ ਹੋਰ ਦੇਖਣੀਆਂ ਹਨਾ ਬਿਲਕੁਲ ਬਾਈ ਤੇ ਬਾਕੀ ਮਾਣ ਅੱਧੇ ਘੋੜੇ ਵਾਲੇ ਲੋਪੋ ਵਾਲੇ ਬਾਈ ਨਾਲ ਵੀ ਖੜੇ ਸੀਗੇ ਉਹ ਸਾਰੇ ਨਹੀਂ ਸੀਗੇ ਪਰ ਸਾਡੀ ਜੁਨੀਅਰ ਕਿੱਧਰ ਗਈ ਯਾਰ ਸਾਡੇ ਬੰਦਿਆਂ ਦੀ ਜਿਹੜੇ ਕੈਮਰੇ ਚੱਕੀ ਫਿਰਦੇ ਆ ਸਾਡੀ ਜੁਨੀਅਰ ਦੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਯਾਰ ਖਿੱਚਣੇ ਨਾਲੇ ਖਿਚਾਉਣੀਆਂ ਕੋਈ ਵੀ ਬੰਦਾ ਇੱਥੇ ਅੱਜ ਤੱਕ ਇਹੀ ਦੇਖਿਆ ਗਿਆ 0 ਤੋਂ ਲੈ ਕੇ ਜਦੋਂ ਉੱਠ ਕੇ ਤੁਰਦਾ ਤਾਂ ਸਾਨੂੰ ਲੱਤਾਂ ਵੀ ਖਿੱਚਣਾ ਸਾਡਾ ਕੰਮ ਹੈ ਸਾਡੀ ਕਮਿਊਨਿਟੀ ਦੇ ਹਿੱਸੇ ਆਇਆ ਹੋਇਆ ਕੰਮ ਹੈ ਇਹ ਹੈ ਤੇ ਲੱਤਾਂ ਖਿੱਚਣੀਆਂ ਨੇ ਹਾਂ ਦੂਜੀ ਗੱਲ ਫਿਰ ਜਿਉਂਦੇ ਬੰਦੇ ਦੀ ਅਸੀਂ ਕਦਰ ਨਹੀਂ ਕਰਦੇ ਮਰਿਆ ਤੋਂ ਅਸੀਂ ਫਿਰ ਕਦਰ ਕਰਦੇ ਪਹਿਲਾਂ ਜਿਵੇਂ ਦੀਪ ਸਿੱਧੂ ਨਾਲ ਹੋਇਆ ਸਿੱਧੂ ਮੂਸੇ ਵਾਲੇ ਨਾਲ ਹੋਇਆ ਹੋਰ ਤੇ ਹਨਾ ਹੁਣ ਜਿਉਂਦੇ ਨਾਲ ਅਸੀਂ ਕਿੰਨੀ ਉਹਨੂੰ ਬੇਪੱਤ ਕੀਤਾ ਬੂਟ ਲਾ ਕੇ ਝੋਲੀ ਅੱਡੀ ਫੇਰ ਵੀ ਬਾਹ ਫੜੀ ਗਈ ਖੜ ਰੁਕ ਇਹ ਲੋਪ ਵਾਲੇ ਦੀ ਬਾਹ ਫੜੀ ਗਈ ਬਾਹ ਫੜੀ ਗਈ ਉਹ ਬੰਦੇ ਦਾ ਕੌਣ ਸੀ ਵਿਚਾਰਾ ਮੈਂ ਤਾਂ ਨਾ ਨਹੀਂ ਜਾਣਦਾ ਕੀ ਲਾ ਬਈ 300 ਬੰਦਾ ਜੁੜ ਗਿਆ ਦੱਬ ਕੇ ਵੀਡੀਓ ਗਰਦ ਕਰ ਦਿਓ ਸ਼ੇਅਰ ਕਰੀਓ ਤੇ ਮੈਂ ਤੇ ਮਾਨ ਦੀਆਂ ਗੱਲਾਂ ਬਾਤਾਂ ਵੇਚ ਤੇ ਇੱਕ ਸਾਹ ਦਾ ਪੌਡਕਾਸਟ ਹੀ ਸਮਝ ਲਓ ਸਾਡੀ ਲੋਪੋ ਵਾਲੇ ਨਾਲ ਫੁੱਲ ਸਪੋਰਟ ਆ ਬਾਈ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਰਹਾਂਗੇ ਹਾਂ ਬਾਈ ਗਾਹਾਂ ਗੱਲ ਕਰਾਂ ਤੇ ਉਹਦੀ ਬਾਹ ਫੜੀ ਕੇ ਉਹਨੂੰ ਬੇਪੱਤ ਕੀਤਾ ਗਿਆ ਹਾਲਾਂਕਿ ਉੱਥੋਂ ਮੋੜ ਕੇ ਦੁਬਾਰੇ ਆ ਕੇ ਤੈਨੂੰ ਅਸੀਂ ਡੰਡ ਲਾਉਣੇ 100 ਰੁਪਇਆ ਯਾਰ ਇਹ ਗੱਲ ਤਾਂ ਐ ਵੀ ਕਿਸੇ ਕਮਰੇ 'ਚ ਵੜ ਕੇ ਉੱਥੇ ਚਾਹੇ ਉਹ ਤਾਂ ਪੈਰੀ ਹੱਥ ਲਵਾ ਲੈਂਦੇ ਇੱਜ਼ਤ ਨਿਬੜ ਗਿਆ ਬੰਦੇ ਉੱਥੇ ਤਾਂ ਬਾਈ ਜਕਾਰੇ ਲੱਗਣ ਜਿਵੇਂ ਬੜੀ ਵੱਡੀ ਜੰਗ ਜਿੱਤੀ ਹੁੰਦੀ ਸੋਨਿਹਾਲ ਦੇ ਜਕਾਰੇ ਸਾਡੇ ਗੁਰੂਆਂ ਨੇ ਕਿਹਾ ਸੀ ਜਦੋਂ ਕੋਈ ਵੱਡੀ ਜੰਗ ਜਿੱਤੋ ਨਾ ਮਤਲਬ ਮਾਰਕਾ ਮਾਰੋ ਉਦੋਂ ਲਾਉਣੇ ਆ ਤੇ ਲੋਪੋ ਵਾਲੇ ਬਾਈ ਨੂੰ ਯਾਰ ਤੁਸੀਂ ਉਹਨੂੰ ਇਹ ਚੀਜ਼ ਉਡੀਕਦੇ ਸੀ ਸਿਰਫ ਸਾਡਾ ਮਕਸਦ ਇੱਥੋਂ ਤੱਕ ਕਹੂ ਵੀ ਲੋਪੋ ਵਾਲਾ ਹੋ ਜੂ 0 ਤੇ ਸਾਨੂੰ ਘੋੜਿਆਂ ਨੇ ਸੱਦਿਆ ਕਰਨਗੇ ਅਸੀਂ ਬਣਾਇਆ ਕਰਾਂਗੇ ਵੀਡੀਓ ਸਾਡਾ ਚੱਲੂ ਚੰਗਾ ਕੰਮ ਉਹ ਲੋਪੋ ਵਾਲਾ ਵੀ ਗੱਲ ਕਹੀ ਜਾਂਦਾ ਸੀ ਕਹਿੰਦਾ ਉਹ ਕਿਰਤ ਕਾਦੀ ਜਿਹੜੀ ਕਹਿੰਦਾ ਕਿਸੇ ਨੂੰ ਉਹ ਕਰਕੇ ਕਿਸੇ ਨੂੰ ਬੇਇੱਜ਼ਤ ਕਰਕੇ ਜਾਂ ਕਿਸੇ ਦੇ ਪੈਰੀ ਹੱਥ ਲਾ ਕੇ ਜਾਂ ਕਿਸੇ ਦੇ ਮੂਹਰੇ ਨੀਵਾਂ ਹੋ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਗਿਰਤ ਕਰੀ ਉਹ ਕਮਾਈ ਕਾਦੀ ਰੋਟੀ ਟੁੱਕ ਦਾ ਸਭ ਦੇ ਚੱਲੀ ਜਾਂਦਾ ਪੈਸੇ ਦੀ ਕਮੈਂਟ ਕਰਕੇ ਬਾਈ ਲਿਖੀ ਲੋਪੋ ਵਾਲੀ ਸਪੋਰਟ ਚ ਕਿੰਨੇ ਬੰਦੇ ਕਮੈਂਟ ਕਰਕੇ ਦੱਸੀ ਚੱਲੋ ਕਿ ਆਪਾਂ ਬਾਈ ਦੇ ਨਾਲ ਖੜਨਾ ਸਾਰਿਆਂ ਨੇ ਤੇ ਅਸੀਂ ਤਾਂ ਖੜੇ ਆ ਬਾਈ ਆਪਾਂ ਦਾ ਮਾਣ ਮੇਰੀ ਅਣਮਾਣ ਆਪੇ ਤਾਂ ਪਹਿਲੇ ਦਿਨ ਹੀ ਪੋਸਟ ਠੋਕਦੀ ਸੀ ਬਾਈ ਜੀ ਮੇਰੀ ਗੱਲ ਸੁਣ ਲਓ ਹਲੇ ਤਾਂ ਪੋਸਟਾਂ ਪੈਂਦੀਆਂ ਕੱਲ ਤੋਂ ਬਾਅਦ ਲੋਪੋ ਵਾਲੀ ਦੀ ਗਲੀ ਚ ਗੱਡੀਆਂ ਖੜਨ ਨੂੰ ਥਾਂ ਨਹੀਂ ਮਿਲਣੀ ਲਿਖ ਲਓ ਮੈਥੋਂ ਅੱਜ ਮੈਂ ਨੋਟ ਕਰ ਲਓ ਇਥੋਂ ਕੱਲ ਨੂੰ ਪਰਸੋਂ ਚੌਥੇ ਗੱਡੀਆਂ ਖੜਨ ਨੂੰ ਜਗ੍ਹਾ ਨਹੀਂ ਮਿਲਣੀ ਇੰਨੇ ਲੋਕਾਂ ਨੇ ਉਹਦੇ ਘਰੇ ਜਾਣਾ ਉਹਨੂੰ ਬੁੱਕਲ ਚ ਲੈਣਾ ਵੱਡਿਆਂ ਨੇ ਬਰਾਬਰ ਜਿਆਂ ਨੇ ਪਿਆਰ ਕਰਨਾ ਵੀ ਜੱਟਾ ਤੇਰੇ ਨਾਲ ਖੜੇ ਆ ਉਹਨੇ ਇਦੋ ਵੱਡਾ ਹੋ ਕੇ ਉੱਭਰਨਾ ਬਹੁਤ ਵੱਡਾ ਯੂਟਿਊਬਰ ਹੋ ਕੇ ਉੱਭਰਨਾ ਉਹਨੂੰ ਤਾਂ ਪਕੌਲਾ ਆਉਣ ਲੱਗ ਗਿਆ ਸੀ ਬਾਈ ਤੈਨੂੰ ਕੈਨੇਡਾ ਬੁਲਾ ਲੈਣ ਸਾਡੇ ਕੋਲੇ ਆ ਜਾ ਸਾਡੇ ਕੋਲੇ ਆਸਟ੍ਰੇਲੀਆ ਆ ਜਾ ਬਾਈ ਲਾ ਜਾ ਦੋਸਤ ਸਾਡੇ ਕੋਲੇ ਆ ਜਾ ਬਾਈ ਤੇ ਉਹ ਕੋਈ ਨਿੱਕੀ ਮੋਟੀ ਚੀਜ਼ ਥੋੜੀ ਆ ਗੱਲ ਸਹੀ ਆ ਜੇ ਉਹ ਗੱਪੀ ਹੁੰਦਾ ਜਾਂ ਉਹ ਫੋਕਰਾ ਹੁੰਦਾ ਉਹ ਅੱਜ ਇੱਥੋਂ ਤੱਕ ਥੋੜੀ ਪਹੁੰਚ ਜਾਂਦਾ ਹਾਂ ਗੱਲ ਸਹੀ ਆ ਇੱਥੋਂ ਅੱਜ ਤੱਕ ਉਹਦੀ ਕੀ ਕੋਈ ਕਿਹੜੀ ਗੱਲ ਮੂਹਰੇ ਆ ਗਈ ਆਹ ਚਲੋ ਉਹਦੀ ਕੀ ਭਾਵਨਾ ਰੱਬ ਜਾਣੇ ਜੋ ਵੀ ਚਾਹੇ ਗਲਤੀ ਲਾ ਲਓ ਹੁਣ ਤੇਰੇ ਮਾਫੀ ਮੰਗ ਲਈ ਗਲਤੀ ਹੋਈ ਸੀ ਗਲਤੀ ਹੋ ਜਾਂਦਾ ਇਨਸਾਨ ਗਲਤੀ ਨਾਲ ਪੁੱਤਰਾ ਹੁੰਦਾ ਜਾਂ ਤਾਂ ਗਲਤੀ ਤਾਂ ਉਹ ਹੁੰਦੀ ਆ ਮੂਰਲਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜਾ ਹੋਵੇ ਉਹ ਬੰਦਾ ਮਾਫੀ ਮੰਗਾਵੇ ਜਿਹੜਾ ਕਿ ਮੈਥੋਂ ਅੱਜ ਤੱਕ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਹੋਈ
ਚਾਹੇ ਝੋਲੀ ਛੱਡ ਕੁਛ ਮਰਜ਼ੀ ਕਰਾ ਲੈਂਦਾ ਹਰ ਇੱਕ ਇਨਸਾਨ ਗਲਤੀਆਂ ਦਾ ਪੁਤਲਾ ਰਹਿੰਦਾ ਵੇ ਗਲਤ ਮੰਨਦਾ ਦੁੱਧ ਪੀਤਾ ਕੋਈ ਨੀ ਨਾ ਸਹੀ ਹੈ ਗੱਲ ਤੇਰੀ ਹਾਂ ਜਦੋਂ ਕੋਈ ਫਸ ਗਿਆ ਚੋਰ ਹੈ ਦੂਜੇ ਦਾ ਚੱਲੀ ਜਾਂਦਾ ਦੂਜਿਆਂ ਦਾ ਚੱਲੀ ਜਾਂਦਾ ਮੇਰੇ ਨਾਲ ਹੋਈ ਹੈ ਮੇਰੇ ਨਾਲ ਜਮਾਂ ਸੇਮ ਇਹਦੇ ਨਾਲ ਹੀ ਹੋਈ ਆ ਮੈਂ ਮਹਾਰਾਜ ਤੋਂ ਮੈਂ ਰੋਇਆ ਮੇਰੇ ਆਪੀ ਅੱਖਾਂ ਚ ਪਾਣੀ ਆਇਆ ਵੀ ਯਾਰ ਰੱਬਾ ਦਿਨ ਤੂੰ ਤਾਂ ਭੁੱਲ ਗਿਆ ਸੀ ਜ਼ਖਮ ਦੁਬਾਰੇ ਇਹਨਾਂ ਨੇ ਚੇੜਤੇ ਹਨਾ ਤੇ ਸੱਚੀ ਯਾਰ ਮੈਂ ਹੁਣ ਵੀ ਮੇਰਾ ਮਨ ਭਰਿਆ ਆ ਵੀ ਜਦੋਂ ਕਿਸੇ ਬੰਦੇ ਨੂੰ ਇੰਨੇ ਬੰਦਿਆਂ ਦੇ ਸਾਹਮਣੇ ਬੇਪੱਤ ਹੋਣਾ ਪੈਂਦਾ ਉਹ ਉਹਦਾ ਦਿਲ ਪੁੱਛੇ ਹੀ ਲੋੜੀਦਾ ਹੁੰਦਾ ਉਹ ਨਹੀਂ ਬਤਾਉਂਦਾ ਤੇ ਉਹ ਜਿਹਦਾ ਹਾਸੀਆਂ ਹੁੰਦੀਆਂ ਉਹ ਬਸ ਇੱਕ ਉਹਨੂੰ ਮਾਰ ਨਹੀਂ ਸਕਦਾ ਕੈਮਰੇ ਵਾਲਾ ਤਾਂ ਐ ਲੱਗਦਾ ਵੀ ਇਹਦੇ ਮੇਰੇ ਕੋਲੇ ਕੁਛ ਹੋ ਰਿਹਾ ਨਾ ਹੁਣੇ ਹੀ ਗੋਲੀ ਮਾਰਾਂ ਤੇ ਮਾਰਾਂ ਵੀ ਕਿਹਦੇ ਜਿਹੜੇ ਆਪਾਂ ਨੂੰ ਜਾਣ ਪਛਾਣ ਦੇ ਜਿਹੜੇ ਬਾਈਬੇ ਕਰਦੇ ਵੀ ਇਹਨਾਂ ਦਾ ਮੈਂ ਕੀ ਮਾੜਾ ਕੀਤਾ ਸੀ ਅੱਜ ਕਿਹੜੇ ਮੋੜ ਤੇ ਆ ਕੇ ਖੜੇ ਕਿਹੜੇ ਮੋੜ ਮਾਣੋ ਕਹਿੰਦੇ ਤਾਂ ਹੁੰਦੇ ਵੀ ਦੁਸ਼ਮਣ ਤੋਂ ਬੰਦੇ ਨੂੰ ਉਨਾ ਖਤਰਾ ਨਹੀਂ ਹੁੰਦਾ ਤੇ ਜਿੰਨਾ ਦੋਸਤ ਤੋਂ ਹੁੰਦਾ ਕਿਉਂਕਿ ਦੋਸਤ ਭੇਜ ਜਾਂਦਾ ਹੁੰਦਾ ਘਰ ਦਾ ਭੇਤੀ ਲੰਕਾ ਦਾ ਕਿਉਂਕਿ ਲੈਵ ਵੀਡੀਓ ਉਹਨਾਂ ਨੇ ਸਾਰਾ ਕੁਝ ਕਰਿਆ ਜਿਹੜੇ ਜਾਣ ਪਛਾਣ ਵਾਲੇ ਸੀ ਹਨਾ ਉਹ ਗਲਤ ਆ ਯਾਰ ਤੁਸੀਂ ਆਪਦੀ ਵੀ ਆਪਣੀ ਵੀ ਕੋਈ ਜੁਨੀਆ ਨਾ ਹੋਵੇ ਘੋੜਿਆਂ ਦੀ ਜੁਨੀਆ ਜਿਹੜਾ ਇਹ ਟਾਈਮ ਨਾ ਰਦਾਵੇ ਇਹ ਟਾਈਮ ਨਾ ਅਮੀਰੀ ਦੇਖੇ ਨਾ ਗਰੀਬੀ ਦੇਖੇ ਨਾ ਪੈਸਾ ਦੇਖੇ ਨਾ ਤੁਹਾਨੂੰ ਵੱਡੇ ਛੋਟੇ ਤਕੜੇ ਮਾੜੇ ਕਿਤੇ ਨਾ ਕਿਸੇ ਤੇ ਵੀ ਟਾਈਮ ਆ ਸਕਦਾ ਇਹ ਭੀੜਾਂ ਤਾਂ ਬਾਦਲ ਵਰਗਿਆਂ ਤੇ ਵੀ ਪੈਂਦੀਆਂ ਰਹੀਆਂ ਆਪਾਂ ਕਿਹਦੇ ਵਿਚਾਰੇ ਵੱਡੇ ਵੱਡੇ ਬੰਦਿਆਂ ਤੇ ਜਿਹੜੇ ਵੀ ਵੱਡੇ ਵੱਡੇ ਰਾਜੇ ਸੀ ਕਹਿੰਦੇ ਸੀ ਵੀ ਸਾਡਾ ਤਾਂ ਕੋਈ ਪੱਤਾ ਨੀ ਹਿਲਦਾ ਹਨਾ ਉਹ ਇਹ ਭੀੜ ਉਹਨਾਂ ਤੇ ਵੀ ਪੈ ਜਾਂਦੀਆਂ ਸੀ ਗੱਲ ਸਹੀ ਆ ਹਾਂ ਤੇ ਬਾਕੀ ਗਲਤੀਆਂ ਮਾਫੀਆਂ ਠਾਣਿਆਂ ਚ ਹੁੰਦੀਆਂ ਰਹਿੰਦੀਆਂ ਵੀ ਬਾਈ ਦੂਰੋਂ ਖੜਾ ਬੰਦਾ ਕਹਿ ਦਿੰਦਾ ਕੋਈ ਨਾ ਬਾਈ ਯਾਰ ਮੈਂ ਤਾਂ ਪੈਰੀ ਹੱਥ ਲਵਾਉਣਾ ਗਲਤੀ ਹੋ ਗਈ ਨਾ ਤਾਂ ਪੈਰੀ ਹੱਥ ਲਵਾਉਂਦਾ ਹੁੰਦਾ ਨਾ ਜਿਹੜੀ ਸਾਂਝੀ ਪੰਚਾਇਤ ਹੁੰਦੀ ਆ ਲਾਉਣ ਦਿੰਦੀ ਹੁੰਦੀ ਆ ਅਗਰ ਬਾਅਦ ਵੀ ਕਹੇ ਤਾਂ ਲਾਇਆ ਚ ਹੀ ਹੋ ਗਏ ਤੇ ਆਹ ਜਿਹੜੀ ਝੋਲੀ ਅੱਡਣੀ ਤੇ ਝੋਲੀ ਅੱਡ ਕੇ ਦੋ ਸ਼ਬਦ ਬੋਲ ਮਾਫੀ ਤੋਂ ਬਾਅਦ ਹੀ ਮੇਰੀ ਬਾਹ ਫੜਨੀ ਕਿੱਡੀ ਵੱਡੀ ਬੇਪਤੀ ਆ ਕੱਲ ਨੂੰ ਸਕੂਲ ਚ ਉਹਦੇ ਜਵਾਕ ਨੂੰ ਕਿਤੇ ਦੂਜੇ ਜਵਾਕ ਕਹਿਣ ਜਾਂ ਕੋਈ ਬੰਦਾ ਕਿਸੇ ਜਵਾਕ ਨਾਲ ਜਵਾਕ ਲੜਦਾ ਖੈਂਦਾ ਹੈ ਤਾਂ ਕੱਢ ਕੇ ਦਿਖਾਵੇ ਆਹ ਤੂੰ ਕਿੱਡਾ ਕਾ ਗਿਆ ਉਹ ਤੇਰਾ ਪਿਓ ਤਾਂ ਮਾਫੀਆਂ ਮੰਗਦਾ ਰਹੇ ਜਿਹੜੀ ਚੀਜ਼ ਇੱਕ ਵਾਰੀ ਨੈਟ ਤੇ ਚੜ ਗਈ ਉਤਰਦੀ ਲੈਂਦੀ ਆ ਨਹੀਂ ਲੈਂਦੀ ਨਾ ਇਹ ਚੀਜ਼ ਸੋਚਣੀ ਚਾਹੀਦੀ ਸੀ ਉੱਥੇ ਆਪਾਂ ਤਾਂ ਕਿੱਡੀ ਕਿੱਡੀ ਵੱਡੀ ਉਮਰ ਦੇ ਬੰਦੇ ਸੀ ਵੱਡੇ ਵੱਡੇ ਅਹੁਦਿਆਂ ਵਾਲੇ ਤੇ ਰਹਿ ਚੁੱਕੇ ਬਿਰਾਜਮਾਨ ਉਹ ਬੰਦੇ ਸੀ ਕਿਸੇ ਨੇ ਵੀ ਨੀ ਸੋਚਿਆ ਯਾਰ ਕਿਸੇ ਨੇ ਵੀ ਇਹ ਗੱਲ ਸੋਚੀ ਨੀ ਫਿਰ ਕੀ ਹੋ ਗਿਆ ਬਾਈ ਉਦੋਂ ਐਂ ਕਰਾ ਕੇ ਵੱਡਾ ਹੋ ਗਿਆ ਬਾਈ ਵੱਡਾ ਹੋ ਗਿਆ ਤਾਂ ਮੈਂ ਦੱਸ ਕੇ ਜਿਵੇਂ ਸਪਰਿੰਗ ਨੇ ਦੜ ਮਾਰ ਕੇ ਚਾਰੇ ਪਰੇ ਨੂੰ ਮਾਰਿਆ ਚਲਾ ਕੇ ਹਨਾ ਲਓ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਫੁੱਲ ਸਪੋਰਟ ਆ ਬਾਈ ਨੂੰ ਘੈਂਟ ਬੰਦਾ ਹੈਗਾ ਕੋਈ ਪਤਾ ਨਹੀਂ ਕਦੋਂ ਕਿਹਦੇ ਮਾੜਾ ਟਾਈਮ ਆ ਜੇ ਮਾਣਾ ਦਿਨ ਆਉਂਦੇ ਜਾਂਦੇ ਰਹਿੰਦੇ ਆ ਮਾੜੇ ਚੰਗੇ ਹਨਾ ਤੇ ਕੋਈ ਪਤਾ ਨਹੀਂ ਗਾ ਇਹ ਤਾਂ ਕਿਤੇ ਬੰਦਾ ਕਹਿੰਦੇ ਹੁੰਦੇ ਆ ਵੀ ਘੋੜੇ ਤੇ ਕਿਤੇ ਕੁੱਤੇ ਤੇ ਪਤਾ ਹੀ ਨਹੀਂ ਲੱਗਦਾ ਹਨਾ ਵੀ ਕਦੋਂ ਦਿਨ ਮਾੜੇ ਆਣੇ ਦਾ ਵਕਤ ਸਾਰਿਆਂ ਦੇ ਖੜਾ ਹਨਾ ਕਹਾਣੀ ਵਕਤ ਦੀ ਆ ਮਾਣਾ ਬਿਲਕੁਲ ਯਾਰ ਹੈ ਵੀ ਤੁਸੀਂ ਐਡੇ ਵੱਡੇ ਘੋੜਿਆਂ ਵਾਲੇ ਸਰਦਾਰ ਕਹਾਉਨੇ ਹੋ ਤੇ ਦਿਲ ਤੁਸੀਂ ਐਡਾ ਛੋਟਾ ਲਈ ਫਿਰਦੇ ਹੋ ਇੰਨੀ ਤੁਸੀਂ ਸੋਚ ਜਿਹੜਾ ਜਾਨਵਰਾਂ ਨੂੰ ਪਿਆਰ ਕਰਦਾ ਉਹਦਾ ਇਨਸਾਨੀਅਤ ਨੂੰ ਬਹੁਤ ਪਿਆਰ ਕਰਦਾ ਹੁੰਦਾ ਹਨਾ ਚਲੋ ਯਾਰ ਸਭ ਤੋਂ ਪਹਿਲਾਂ ਪਰਦਾਵੇ ਹੁੰਦਾ ਇਨਸਾਨ ਫਿਰ ਹੁੰਦਾ ਜਾਨਵਰ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਬੰਦੇ ਇਨਸਾਨ ਨੂੰ ਨਫ਼ਰਤ ਕਿਉਂ ਕਰਦੇ ਆ ਇਹ ਚੀਜ਼ ਤਾਂ ਸੋਚਣੀ ਚਾਹੀਦੀ ਹੈ ਕਿੱਡਾ ਕੋਨੇ ਤੁਹਾਡਾ ਨੁਕਸਾਨ ਕਰਤਾ ਸੀ ਕਿੱਡਾ ਕੀ ਹੋ ਗਿਆ ਯਾਰ ਜਦੋਂ ਤੁਸੀਂ ਇਹ ਸੋਚ ਲੈਂਦੇ ਹੋ ਨਾ ਇਹ ਹਮੇਸ਼ਾ ਬੇਇੱਜ਼ਤੀ ਜਾਂ ਇਹੋ ਜਿਹਾ ਕੁਛ ਜਿਹਨੂੰ ਚਾਰ ਬੰਦੇ ਜਾਣਦੇ ਚੜਾਈ ਹੁੰਦੀ ਜਿਹਦੀ ਉਹਦੇ ਨਾਲ ਕਿਉਂ ਹੁੰਦਾ ਉਹਦੇ ਨਾਲ ਕਹਿੰਦੇ ਆ ਆਮ ਬੰਦੇ ਪਤਾ ਨਹੀਂ ਕੁਛ ਹੀ ਬੋਲੀ ਜਾਣ ਇੱਥੇ ਕੋਈ ਕੱਠ ਚ ਬੋਲ ਜੇ ਕੋਈ ਨੀ ਜਿਹਨੂੰ ਚਾਰ ਬੰਦੇ ਜਾਣਦੇ ਹੋਣ ਉਹਨੂੰ ਇਹ ਸਾਲਾ ਇਹ ਰੋਟੀ ਚੰਗੀ ਖਾਂਦਾ ਇਹਨੂੰ ਸਿੱਟੋ ਇਹਨੂੰ ਸਾਰਿਆਂ ਨੂੰ ਮਿੱਟੀ ਕਰੋ ਜੀਰੋ ਕਰੋ ਪਤਾ ਲੱਗੇ ਦੇਖ ਲੈ ਨਿੱਕੀ ਜਿਹੀ ਜ਼ਿੰਦਗੀ ਇਹਦੇ ਵਿੱਚ ਹੀ ਤੁਸੀਂ ਯਾਰ ਇੰਨਾ ਵਿਰੋਧ ਇੰਨੀ ਵਿਰੋਧ ਤਾਂ ਇੰਨੀ ਨਾਪਰਤ ਲਈ ਫਿਰਦੇ ਹੋ ਨਾ ਚੱਲ ਦੋ ਸਾਲ ਤੂੰ ਵੀ ਕਹਿ ਮੈਂ ਪਾਣੀ ਪੀ ਲਾ ਹਾਂ ਤੂੰ ਪਾਣੀ ਪੀ ਲੈ ਕੋਈ ਚੱਕਰ ਨੀ ਲਓ ਬਾਈ ਜੀ ਫੁੱਲ ਸਪੋਰਟ ਆ ਬਾਈ ਲੋਪੋ ਵਾਲੇ ਨੂੰ ਇਹੋ ਜਿਹਾ ਕੁਛ ਨੀ ਕਰਨਾ ਚਾਹੀਦਾ ਬਾਈ ਨਾਲ ਖੜੇ ਆ ਉਹਦੇ ਤੇ ਸਾਰਾ ਪੰਜਾਬ ਕਮੈਂਟ ਕਰੋ ਬਾਈ ਸਾਰੇ ਬੰਦੇ ਦੀ ਸਪੋਰਟ ਕਰੋ ਵੱਧ ਤੋਂ ਵੱਧ ਪੋਸਟਾਂ ਪਾਓ ਤੇ ਬਾਈ ਦਾ ਹੌਸਲਾ ਵਧੇ ਬਾਈ ਟੁੱਟੇ ਇਹਨਾਂ ਤੇ ਦੁਬਾਰੇ ਖੜਾ ਹੋ ਕੇ ਜ਼ਿੰਦਗੀ ਨਾਲ ਲੜੇ ਜ਼ਿੰਦਗੀ ਸੰਘਰਸ਼ਾ ਤੇ ਦੁਬਾਰੇ ਵੀਡੀਓ ਬਣਾਵੇ ਬਾਈ ਘੈਂਟ ਬੰਦਾ ਯਾਰ ਮੇਰੇ ਨਾਲ ਤਾਂ ਪੁਰਾਣੀ ਯਾਰੀ ਆ ਬਾਈ ਦੀ ਤੇ ਜਮਾ ਸਰਾ ਬੰਦਾ ਮਿਲ ਕੇ ਦੇਖੋ ਉਹਨੂੰ ਘੈਂਟ ਗੱਲਬਾਤ ਆ ਬਾਈ ਚ ਕਿਸੇ ਨੂੰ ਕਦੇ ਉਹਨੇ ਗਲਤ ਰਾਏ ਨਹੀਂ ਦਿੱਤੀ ਹਾਂ ਕਿਸੇ ਨੂੰ ਕਦੇ ਮਿਸਗਾਈਡ ਨਹੀਂ ਕਰਿਆ ਕਿਸੇ ਕਿਸੇ ਨਾਲ ਕੋਈ ਠੱਗੀ ਠੋਰੀ ਨਹੀਂ ਕਰੀ ਹੋਣੀ ਤੇ ਪਰ ਆ ਦੇਖੋ ਇੱਕਦਮ ਹੀ ਤੁਸੀਂ ਉਹਦੇ ਬੈਰ ਵਿਰੋਧ ਯਾਰ ਮੈਨੂੰ ਨਾ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਘੋੜੇ ਵਾਲੇ ਬਾਈਆਂ ਦਾ ਨੀ ਉਹ ਵੀ ਆਪਣੀ ਚਲੋ ਹੋ ਜਾਂਦਾ ਹਨਾ ਚਲੋ ਉਹਨਾਂ ਦਾ ਆਪਸ ਬੀਤੀ ਸੀ ਰੋਪੋ ਵਾਲੇ ਨੂੰ ਜੇ ਕਿਤੇ ਲੱਗਿਆ ਉਹਨਾਂ ਕੋਲ ਚੱਲ ਕੇ ਵੀ ਗਿਆ ਮੈਨੂੰ ਉਹਨਾਂ ਤੇ ਯਾਰ ਬਹੁਤ ਦੁੱਖ ਲੱਗਿਆ ਜਦੋਂ ਜਿਹੜੇ ਨਾਲ ਵੀਡੀਓ ਬਣਾਈ ਜਿਹੜੇ ਨਾਲ ਖਾਂਦੇ ਸੀ ਤੇ ਸਪੈਸ਼ਲ ਪਹੁੰਚ ਗਏ ਵੀ ਅੱਜ ਇੱਥੇ ਲੋਪੋ ਵਾਲਾ ਆਊਗਾ ਚਲੋ ਘੋੜਿਆਂ ਵਾਲਾ ਜਿਹੜਾ ਸਿਸਟਮ ਸੀ ਉਹਦਾ ਨਿਬੜ ਜਾਣਾ ਸੀ ਪਰ ਯਾਰ ਵੀਡੀਓ ਬਣਾਉਣੀ ਉਹ ਗਲਤ ਆ ਹਨਾ ਉਹ ਮੰਨ ਲਓ ਵੀ ਜੇ ਘੋੜਿਆਂ ਵਾਲੇ ਬਣਾ ਲੈਂਦੇ ਉਹ ਗੱਲ ਵੱਖਰੀ ਸੀ ਇੱਕ ਦੋ ਇਹੋ ਜਿਹੇ ਜਿਨ੍ਹਾਂ ਨੂੰ ਆਏ ਸੀ ਸਾਡੇ ਪੇਜ ਚੱਲਣਗੇ ਨਵਾਂ ਵੀ ਬਰਸਾਤ ਕਰਨ ਮੌਕਾ ਮਿਲਿਆ ਜਿਵੇਂ ਕੋਈ ਕਈ ਬੰਦੇ ਸਿੱਧੂ ਮੂਸੇ ਵਾਲੀ ਮੌਤ ਤੋਂ ਪੈਸੇ ਕਮਾਈ ਗਏ ਉਵੇਂ ਮੌਕਾ ਨਹੀਂ ਖੁੰਝਣ ਦਿੰਦੇ ਕਈ ਲੋਕ ਪਰ ਮਾੜੀ ਪ੍ਰਮਾਤਮਾ ਤੁਹਾਡੇ ਤੇ ਟਾਈਮ ਲਾਏ ਤੁਸੀਂ ਫੇਰ ਜਾਣ ਸਕੋਗੇ ਵੀ ਇਹ ਕਿਵੇਂ ਹੁੰਦੀ ਆ ਠੀਕ ਹੈ ਜੀ ਧੰਨਵਾਦ ਜਾਉਂਦੇ ਰਹੋ ਇਹੀ ਗੱਲਾਂ ਬਾਤਾਂ ਕਰਨੀਆਂ ਸੀ ਜੱਟਾ